ਦਰਮਿਆਨ ਉਹ ਤੁਹਾਡੇ ਤੋਂ ਆਇਆ ਕਦੀ ਗੱਲਬਾਤ ਕੀਤੀ ਉਹਨੇ? ਸਾਡੇ ਕੋਲ ਹੀ ਆਉਂਦਾ। ਅੱਛਾ ਜੀ, ਅਤੇ ਇਹ ਮਤਲਬ ਗੱਲ ਕਰੀਏ, ਪਹਿਲਾਂ ਵੀ ਕੋਈ ਕ੍ਰਾਈਮ ਕਰੂਮ ਕਰਦਾ ਜਿਵੇਂ ਲੁੱਟਾ ਖੋਹਾਂ ਕਰਦਾ ਸੀ ਕਿ ਹੁਣ ਹੀ ਮਤਲਬ ਹੋਇਆ ਸੀ? ਪਤਾ ਨਹੀਂ ਜੀ ਪਹਿਲਾਂ ਕਰਦਾ ਸੀ ਕਿ ਨਹੀਂ ਕਰਦਾ ਸੀ ਸਾਨੂੰ ਮੇਰੇ ਬਾਰੇ। ਅਤੇ ਇਹ ਤੁਸੀਂ ਬੇਦਖਲ ਕੀਤਾ, ਤੁਸੀਂ ਕਹਿ ਰਹੇ ਹੋ 7-8 ਸਾਲ ਪਹਿਲਾਂ ਬੇਦਖਲ ਕਰਤਾ, ਅਤੇ ਕਾਰਨ ਕੀ ਰਿਹਾ? ਕਾਰਨ ਅਸੀਂ ਹਰਕਤਾਂ ਕਰਦੇ, ਲੜਾਈ ਝਗੜੇ ਕਰਦਾ ਸੀ ਬੰਦਿਆਂ ਦੇ, ਮਾਰ ਕੁੱਟ ਕਰਦਾ ਸੀ, ਇਹਦੇ ਕਰਕੇ ਆਪਾਂ ਬੇਦਖਲ ਕਰਤਾ। ਅਤੇ ਮਤਲਬ ਸ਼ੁਰੂ ਤੋਂ ਨਹੀਂ ਸੀਗਾ ਜੀ ਬਿਲਕੁਲ ਹੀ? ਨਾ ਜੀ, ਵਿਆਹ ਹੋ ਰਿਹਾ, ਬੱਚੇ ਹੋ ਰਹੇ। ਅੱਛਾ, ਅੱਡ ਕੀਤਾ ਹੋਇਆ ਸੀਗਾ ਜੀ? ਕਿੰਨੇ ਭੈਣ ਭਰਾ ਨੇ? ਇਹਦੇ ਬਾਰੇ ਜਨਾਬ ਮੈਨੂੰ ਨੀ ਪਤਾ ਕੋਈ, ਮੈਂ ਝੂਠ ਨੀ ਆ ਜਾਂਦਾ, ਮੈਂ ਦੇਖੇ ਨੀ, ਜਦੋਂ ਅੱਖੀ ਦੇਖੇ ਨੀ, ਮੈਂ ਕਹਿ ਕਿਵੇਂ ਸਕਦਾ? ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਨਕਾਊਂਟਰ ਹੋ ਗਿਆ ਮੁੰਡੇ ਦਾ? ਮਾਰਾ ਖਬਰਾਂ ਚੱਲਣ ਡੀਆਂ ਸਵੇਰ ਦੀਆਂ। ਮੈਂ ਰਾਜਗੀਰੀ ਦਾ ਕਰਦਾ। ਸਰ ਕਿੱਥੇ ਰਹਿੰਦੇ, ਕਿੱਥੇ ਹੋ ਜੀ? ਪਿੰਡਰਾ ਕਲੋਨੀ ਮਾਛੋੜਾ ਸਾਹਿਬ। ਤੇ ਉਹ ਤੁਹਾਡੇ ਕੋਲ ਹੀ ਰਹਿੰਦਾ ਸੀ ਜਾਂ ਅੱਡ ਰਹਿੰਦਾ ਸੀ? ਉਹ ਅੱਡ ਰਹਿੰਦਾ ਸੀ। ਅੱਛਾ ਜੀ, ਕਿੰਨੇ ਕੁ ਸਮੇਂ ਤੋਂ? ਸਰ ਉਹਦੀ ਵਾਈਫ ਤੇ ਬੱਚੇ ਨਾਲ ਹੀ ਸੀਗੇ ਜਾਂ ਇਹਦੇ ਨਾਲ ਹੀ ਸੀਗੇ ਜਾਂ ਤੁਹਾਡੇ ਨਾਲ? ਇੱਕੋ ਨਾਲ। ਨਹੀਂ, ਬੱਚੇ ਉੱਥੇ ਰਹਿੰਦੇ ਸੀ, ਪਾਤੜੇ ਹੀ ਰਹਿੰਦੇ ਸੀਗੇ। ਤੇ ਇਹ ਰਹਿਣਾ ਹੋਣਾ ਪਿੰਡਰਾ ਕਲੋਨੀ ਮਾਛੋੜਾ ਜੀ। ਅੱਛਾ ਸਰ, ਕੀ ਗੱਲਬਾਤ ਹੋਈ ਸੀ ਤੁਹਾਡਾ ਸੁਖਦੇਵ ਵੀ, ਕੀ ਲੱਗਦਾ ਸੀ? ਮੇਰਾ ਲੜਕਾ ਲੱਗਦਾ ਜੀ। ਅੱਛਾ, ਕਿੰਨੀ ਉਮਰ ਸੀ ਜੀ ਉਹਦੀ? ਇਹਦੀ ਉਮਰ 40 ਸਾਲ। 84 ਦਾ ਜਨਮ ਹੈ। ਅੱਛਾ, 40 ਸਾਲ ਉਮਰ ਆ। ਅੱਛਾ, ਵਿਆਹ ਹੋਇਆ ਸੀਗਾ ਜੀ? ਦੋ ਬੱਚੇ ਆਈ, ਇੱਕ ਲੜਕੀ ਇੱਕ ਲੜਕਾ। ਅੱਛਾ ਸਰ, ਤੁਹਾਡੇ ਨਾਲ ਹੀ ਰਹਿੰਦਾ ਸੀਗਾ ਜੀ? ਨਹੀਂ, ਸਾਡੇ ਨਾਲ ਨਹੀਂ ਰਹਿੰਦਾ ਜੀ। ਹਾਂਜੀ, ਇਹ ਪਾਤੜਾ ਰਹਿੰਦਾ ਜੀ, ਭੂਆ ਆਪਣੀ ਤੋਂ। ਅੱਛਾ, ਅਲੱਗ ਕੀਤਾ ਹੋਇਆ ਸੀ ਤੁਸੀਂ? ਉੱਥੇ ਰਹਿੰਦਾ, ਉੱਥੇ ਮੇਰੀ ਭੈਣ ਦੇ ਮੁੰਡਾ ਤੁਹਾਡਾ ਡਰਾਈਵਰੀ ਕਰਦਾ ਸੀ ਜੀ? ਅੱਛਾ ਜੀ, ਕਿੱਥੇ ਡਰਾਈਵਰੀ, ਕਿੱਥੇ ਕੰਪਨੀ ਚ? ਪਤਾ ਨਹੀਂ, ਜਿਹੜੇ ਭਰਤ ਭੁਰਤ ਨਹੀਂ ਪਾਉਂਦੇ, ਟਿੱਪਰ ਟੁੱਪਰ ਚਲਾਉਂਦਾ ਸੀ। ਅੱਛਾ ਜੀ, ਇਹ ਮੈਨੂੰ ਇਹ ਵੀ ਨਹੀਂ ਪਤਾ ਕਿਹਦਾ ਚਲਾਉਂਦਾ, ਕਿਹਦਾ ਨਹੀਂ ਚਲਾਉਂਦਾ। ਤੇ ਜਿਹੜੇ ਇਹਦੇ ਨਾਲ ਦੇ ਲੜਕੇ ਨੇ ਜਿਹੜੇ ਫੜੇ ਪੁਲਿਸ ਨੇ, ਉਹਦਾ ਬਾਰੇ ਨਹੀਂ, ਇਹਨਾਂ ਬਾਰੇ ਤੁਹਾਨੂੰ ਕੁਛ ਨਹੀਂ ਪਤਾ? ਕੌਣ ਨੇ, ਕਿੱਥੇ ਮਿਲੇ? ਪਹਿਲਾਂ ਬੇਦਖਲ ਕੀਤਾ ਸੀ? ਮੈਨੂੰ ਹੋ ਗਏ 10 ਸਾਲ ਤੋਂ ਉੱਤੇ ਹੋ ਗਏ। 10 ਸਾਲ ਤੋਂ ਉੱਤੇ ਹੋ ਗਏ। ਉਦੋਂ ਕਿਉਂ ਕੀਤਾ ਸੀ ਬੇਦਖਲ? ਆਹੀ ਹਰਕਤਾਂ, ਲੜਾਈ ਝਗੜੇ ਕਰਦਾ ਸੀ। ਐਨਕਾਊਂਟਰ ਹੋਇਆ ਸੀਗਾ ਤੇ ਉਹਦੀ ਜਿਹੜੀ ਮੈਜਿਸਟਰੀਅਲ ਇਨਕੁਆਇਰੀ ਮੈਨੂੰ ਸੌਂਪੀ ਗਈ ਹੈ ਸਰਕਾਰ ਵੱਲੋਂ, ਮੈਂ ਉਸ ਇਨਕੁਆਇਰੀ ਦੇ ਮੱਦੇਨਜ਼ਰ ਇੱਥੇ ਆਇਆ। ਪੋਸਟਮਾਰਟਮ ਇਸ ਵੇਲੇ ਚੱਲ ਰਿਹਾ, ਕੁਝ ਸਮੇਂ 'ਚ ਇਹਦੀ ਜਿਹੜੀ ਹੈ ਡਿਟੇਲ ਉਹ ਸਾਹਮਣੇ ਆ ਜਾਏਗੀ ਸਾਰੀ। ਸਰ, ਕਿੰਨੀਆਂ ਕੁ ਗੋਲੀਆਂ ਲੱਗੀਆਂ ਜਾਂ ਸਰ ਕੀ ਆਇਆ ਇਨਕੁਆਇਰੀ ਬਾਅਦ 'ਚ ਪਤਾ ਲੱਗੂਗਾ? ਇਹ ਸਭ ਕੁਝ ਬਾਅਦ 'ਚ ਪਤਾ ਲੱਗੂਗਾ। ਇਹ ਜਿਹੜਾ ਕੰਮ ਹੈ ਜਿਹੜਾ ਡਾਕਟਰ ਕਮਲਜੀਤ ਕਰ ਰਹੇ ਨੇ, ਸਾਰੀ ਜਿਹੜੀ ਕਲੈਰਿਟੀ ਹੈ ਥੋੜ੍ਹੀ ਦੇਰ ਬਾਅਦ। ਸਰ, ਇਹਦੇ ਵਿੱਚ ਕਿੰਨੇ ਡਾਕਟਰਾਂ ਦੀ ਟੀਮ ਹੈ ਜਿਹੜੀ ਲੱਗੀ ਹੋਈ ਹੈ? ਲੋਕਲ ਟੀਮ ਹੈ ਜਾਂ ਬਾਹਰੋਂ ਕੋਈ ਟੀਮ? ਇਹ ਲੋਕਲ ਟੀਮ ਹੈ ਜੀ, ਜਿਹੜੇ ਸਾਡੇ ਫਰੈਂਸਿਕ ਐਕਸਪਰਟ ਹੈ ਡਾਕਟਰ ਕਮਲ ਜੀ, ਉਹ ਹੈਡ ਕਰ ਰਹੇ ਨੇ ਜੀ, ਉਹ ਜਿਹੜਾ ਇਸ ਵੇਲੇ ਪੋਸਟਮਾਰਟਮ ਕਰਵਾ ਰਹੇ। ਸਰ, ਕਿੰਨੇ ਕੋਈ ਡਾਕਟਰ ਲੱਗੇ ਇਸ ਟੀਮ ਦੇ ਵਿੱਚ? ਜੋ ਮੈਡੀਕਲ ਦਾ ਪੈਨਲ ਹੁੰਦਾ ਸਾਰਾ ਇੱਥੇ ਲੱਗਿਆ ਹੋਇਆ। ਕੋਈ ਪੈਨਲ ਤਾਂ ਨਹੀਂ ਬਣਿਆ ਇਸ ਦੇ ਵਿੱਚ? ਜੋ ਹੁੰਦਾ ਜੀ, ਨੋਰਮਲੀ ਇਹੋ ਜਿਹੇ ਕੇਸ 'ਚ ਪੈਨਲ ਹੀ ਹੁੰਦਾ, ਉਹ ਸਾਰੇ ਡਾਕਟਰ ਇੱਥੇ ਇਨਵੋਲਵ ਹੁੰਦੇ ਜੀ। ਅਤੇ ਸਰ, ਕਿੰਨਾ ਕੁ ਟਾਈਮ ਲੱਗ ਸਕਦਾ ਹੈ ਪੋਸਟਮਾਰਟਮ ਨੂੰ ਲੈ ਕੇ? ਸਰ, ਕਿੰਨੀ ਕੁ ਦੇਰ ਚੱਲੇਗਾ ਪੋਸਟਮਾਰਟਮ? ਮੇਰਾ ਖਿਆਲ ਹੈ ਜੀ ਵੀ ਅਗਲੇ 15 ਮਿੰਟਾਂ 'ਚ ਜੀ ਸਭ ਕੁਝ ਕਲੀਅਰ ਹੋ ਜਾਏਗਾ ਜੀ।